साहिब श्री गुरु हरगोबिंद साहब जी का बंदी छोड़ दिवस मना रहे गुरु रूप खालसा जी वाहेगुरू जी का खालसा वाहेगुरू जी की फतेह। आप साहब गुरु रामदास पातशाह जी की रहमत सदका बंदी छोड़ दिवस दीपमाला का त्यौहार बड़ी श्रद्धा सत्कार ते भावना दे नाल मना रहे हो। सब नूं गुरु रामदास दे दर वल्लों श्रोमणी गुरद्वारा प्रबंधक कमेटी वल्लों बंदी छोड़ दिवस दियां बहुत बहुत मुबारकां। सतगुरु सच्चे पातशाह रहमत करन साढ़े सारयां दे घरां विच सिखी जीवन की खुशबूई आवे। असी बाणी ते बाणे नाल जुड़ के पंथ की भलाई हित गुरु ग्रंथ साहिब महाराज की रोशनी दे विच सिखी की बौड़ी करन वास्ते जतनशील हो सकीए। पंथक रवायतां अनुसार दर्शनी जोड़ी की इस फसील तो हर साल की तरह बंदी छोड़ दिवस का संदेश सिख पंथ की महान शख्सियत जथेदार श्री अकाल तख्त साहब जी ने देना है। उस दे नाल इस समागम की रमता करनगे गुरु पंथ की सब तो सत्कारत शख्सियत सिंह साहब ज्ञानी जगतार सिंह जी मुख ग्रंथी सचखंड श्री हरिमंदर साहब। इस समय सिखां दी श्रोमणी संस्था श्रोमणी गुरद्वारा प्रबंधक कमेटी के प्रधान साहब भाई गोबिंद सिंह जी लौंगोवाल भी कौम नूं संबोधित होणगे। सिखां दी प्रसिद्ध संस्था दमदमी टकसाल के मुखी संत बाबा हरनाम सिंह जी खालसा भी कौम नूं संबोधित होणगे। इस समय ही पंथ के महान विद्वान कथावाचक रणजीत सिंह जी भाई साहब भाई रणजीत सिंह जी गहर ए मस्कीन वह भी संबोधित करनगे। मैं सब तो पहला बड़े ही अदब सत्कार नाल सिख पंथ की महान शख्सियत प्रमुख शख्सियत सिंह साहब ज्ञानी जगतार सिंह जी मुख ग्रंथी सचखंड श्री हरिमंदर साहब जी को बेनती करता हाँ कि वह अज के दिन ते कौम नूं संदेश देन। उन्हां दी आरंभ करन तो पहला सत्कार वजो एक जकारा बोले सो निहा अकाल सिंह साहब जी। परम सन्मानयोग गुरु खालसा जी सचखंड श्री हरिमंदर साहब जी विखे दर्शन इशनान करन वास्ते बंदी छोड़ दीपमाला का पावन दिहाड़ा मनाउन वास्ते पुजे समूह गुरु खालसा सतसंग जी प्यार सहित फतेह की सांझ करिए। सारे माई भाई गज के आखो जी वाहेगुरू जी का खालसा वाहेगुरू जी की फतेह। मेरी पीरी दे मालक साहिब श्री गुरु हरगोबिंद साहब जी महाराज जी ने सतगुरु पंजवें पातशाह जी की शहादत तो उपरंत सचखंड श्री हरिमंदर साहब जी के सन्मुख श्री अकाल तख्त साहब जी की रचना कीती और श्री अकाल तख्त साहब जी ते सुभाए माण हो करके
ਸਤਿਗੁਰਾਂ ਨੇ ਆਪ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਉਪਦੇਸ਼ ਦਿੱਤਾ। ਸਤਿਗੁਰੂ ਜੀ ਨੇ ਪਾਵਨ ਪਹਿਲਾ ਹੁਕਮ, ਆਪ ਇਸ ਪਾਵਨ ਤਖ਼ਤ ਤੋਂ ਜਾਰੀ ਕੀਤਾ ਕਿ ਜਿਨ੍ਹਾਂ ਨੇ ਸਾਡੇ ਦਰਸ਼ਨ ਕਰਨੇ ਨੇ ਉਹ ਸਾਡੇ ਵਾਸਤੇ ਚੰਗੇ ਤੋਂ ਚੰਗਾ ਸ਼ਸਤਰ, ਚੰਗੇ ਤੋਂ ਚੰਗੇ ਘੋੜੇ ਆਦਿਕ ਖਰੀਦ ਕੇ ਅਤੇ ਨੌਜਵਾਨ ਜਿੰਦਗਾਨੀਆਂ ਸਾਨੂੰ ਇੱਥੇ ਅਰਪਣ ਕਰਨ। ਸਤਿਗੁਰਾਂ ਦੇ ਪਾਵਨ ਹੁਕਮ ਦੀ ਤਾਮੀਲ ਕਰਦਿਆਂ ਸਿੱਖ ਸੰਗਤਾਂ ਨੇ ਚੰਗੇ ਚੰਗੇ ਸ਼ਸਤਰ, ਚੰਗੇ ਚੰਗੇ ਘੋੜੇ, ਨੌਜਵਾਨ ਆਪ ਸਤਿਗੁਰਾਂ ਦੀ ਫੌਜ ਵਿੱਚ ਭਰਤੀ ਹੋਏ। ਸਤਿਗੁਰਾਂ ਦੇ ਇਸ ਰਾਜ ਯੋਗ ਨੂੰ ਵੇਖ ਕਰਕੇ ਸਮੇਂ ਦੀ ਹਕੂਮਤ ਬੁਖਲਾ ਗਈ। ਉਹਨਾਂ ਨੇ ਇੱਕ ਵਿਉਂਤ ਬਣਾ ਕਰਕੇ ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। 2 ਸਾਲ ਦੇ ਲਗਭਗ ਸਤਿਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਰਹੇ। ਸਤਿਗੁਰੂ ਪਾਤਸ਼ਾਹ ਜੀ ਨੇ ਸਰਕਾਰੀ ਖਜ਼ਾਨੇ ਵਿੱਚੋਂ ਆਈ ਹੋਈ ਰਸਤ ਅੰਗੀਕਾਰ ਨਾ ਕੀਤੀ। ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਕਾਰੋਬਾਰ ਕਰਕੇ ਕਮਾਈ ਕਰਕੇ ਲਿਆਉਂਦੇ, ਉਹਦੇ ਵਿੱਚੋਂ ਹਜ਼ੂਰ ਲੰਗਰ ਛਕਦੇ ਰਹੇ। ਆਖਿਰ ਭਾਈ ਜੇਠੇ ਅਤੇ ਭਾਈ ਪੁਰਾਣਾ ਜੀ ਨੇ ਸ਼ੇਰਾਂ ਦੇ ਰੂਪ ਅੰਦਰ ਬਾਦਸ਼ਾਹ ਦੀ ਹਿੱਕ 'ਤੇ ਚੜ੍ਹ ਕੇ ਉਹਨੂੰ ਡਰਾਉਣਾ ਕੀਤਾ। ਇੱਧਰ ਗੁਰੂ ਕੀਆਂ ਸਿੱਖ ਸੰਗਤਾਂ ਨੇ ਵੀ ਬੜੇ ਉਪਰਾਲੇ ਕੀਤੇ ਸਤਿਗੁਰਾਂ ਦੀ ਰਿਹਾਈ ਵਾਸਤੇ। ਆਖਰ ਜਹਾਂਗੀਰ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਦਾ ਆਰਡਰ ਕਰ ਦਿੱਤਾ, ਰਿਹਾਈ ਦਾ, ਪਰ ਹਜ਼ੂਰ ਨੇ ਇਕੱਲਿਆਂ ਜਾਣ ਤੋਂ ਨਾ ਕਰ ਦਿੱਤੀ, ਕਿਉਂਕਿ 52 ਰਾਜੇ ਜਿਨ੍ਹਾਂ ਦੀ ਬਦੌਲਤ ਅਤੇ ਹੋਰ ਜਿਹੜੇ ਉੱਥੇ ਗਰੀਬ ਗੁਰਬੇ ਕੈਦ ਕੀਤੇ ਹੋਏ ਸੀ ਉਹਨਾਂ ਦੀ ਰਿਹਾਈ ਵਾਸਤੇ ਸਤਿਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਇੱਕ ਕੌਤਕ ਬਣਾ ਕੇ ਗਏ ਸਨ। ਹਜ਼ੂਰ ਨੇ ਇਨਕਾਰ ਕੀਤਾ ਕਿ ਅਸੀਂ ਇਕੱਲਿਆਂ ਨਹੀਂ ਜਾਣਾ, ਜਿੰਨੇ ਵੀ ਇੱਥੇ ਕੈਦੀ ਹਨ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਜਹਾਂਗੀਰ ਬਾਦਸ਼ਾਹ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰ ਭੇਜੀ, ਮਹਾਰਾਜ ਜਿੰਨੇ ਕੁ ਰਾਜੇ ਤੁਹਾਡਾ ਚੋਲਾ ਪਕੜ ਕੇ ਆ ਸਕਦੇ ਨੇ ਉਹ ਆ ਜਾਣ। ਇਹਨਾਂ ਰਾਜਿਆਂ ਨੇ ਦੇਸ਼ ਦੇ ਅੰਦਰ ਬੜਾ ਖਰੂਦ ਮਚਾਇਆ ਹੋਇਆ ਸੀ, ਮਹਾਰਾਜ ਇਹ ਛੱਡਣ ਵਾਲੇ ਨਹੀਂ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਰਾਜਿਆਂ ਦੀ ਜ਼ਿੰਮੇਵਾਰੀ ਲਈ ਕਿ ਅੱਜ ਤੋਂ ਬਾਅਦ ਇਹ ਹਿੰਦੁਸਤਾਨ ਦੇ ਅੰਦਰ ਖਰੂਦ ਨਹੀਂ ਕਰਨਗੇ। ਸੰਗਤ ਜੀ, ਹਜ਼ੂਰ ਨੇ ਉਹਨਾਂ 52 ਰਾਜਿਆਂ ਨੂੰ ਛਡਾਉਣ ਵਾਸਤੇ 1 52 ਕਲੀਆਂ ਵਾਲਾ ਚੋਗਾ ਪਹਿਨਿਆ ਔਰ 52 ਦੇ 52 ਰਾਜਿਆਂ ਨੂੰ ਇੱਕ ਇੱਕ ਕਲੀ ਫੜਾ ਕਰਕੇ ਬਾਹਰ ਲਿਆਂਦਾ। ਅੱਜ ਦੇ ਦਿਹਾੜੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਬੰਦੀ ਛੋੜ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਅਗਲ ਵਾਂਢੀ ਗਏ, ਬੜਾ ਅਦਬ ਸਤਿਕਾਰ ਕੀਤਾ।
ਬੜੇ ਮਾਣ ਸਤਿਕਾਰ ਨਾਲ ਲਿਆਂਦਾ। ਪਹਿਲਾਂ ਹਜ਼ੂਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਆਏ, ਇੱਥੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਸੀ। ਭਾਈ ਗੁਰਦਾਸ ਜੀ ਨੇ ਮੀਰੀ ਪੀਰੀ ਦੇ ਮਾਲਕ ਦੀ ਰਿਹਾਈ ਅਤੇ ਅੰਮ੍ਰਿਤਸਰ ਪੁੱਜਣ ਦੀ ਅਰਦਾਸ ਕੀਤੀ ਹੈ। ਫਿਰ ਹਜ਼ੂਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਇੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਵਿੱਚ ਅਰਦਾਸ ਕੀਤੀ ਹੈ। ਸੰਗਤ ਜੀ, ਅੱਜ ਦੇ ਇਸ ਦਿਹਾੜੇ 'ਤੇ ਸਾਨੂੰ ਇਹੀ ਪਾਵਨ ਉਪਦੇਸ਼ ਮਿਲਦਾ ਹੈ ਕਿ ਗਰੀਬ ਦੀ ਬਾਂਹ ਫੜੀਏ, ਔਰ ਜਿਵੇਂ ਹਜ਼ੂਰ ਨੇ ਉਹਨਾਂ ਗਰੀਬਾਂ ਦੀ, ਕਿਉਂਕਿ ਰਾਜਿਆਂ ਦੀ ਤਰਸ ਬੜੀ ਹਾਲਤ ਜਿਹੜੀ ਬੜੀ ਤਰਸਯੋਗ ਸੀ। ਸੰਗਤ ਜੀ, ਉਹਨਾਂ ਨੂੰ ਖਾਣ ਵਾਸਤੇ ਭੋਜਨ ਚੰਗਾ ਨਹੀਂ ਸੀ ਮਿਲਦਾ, ਪਹਿਨਣ ਵਾਸਤੇ ਕੱਪੜੇ ਚੰਗੇ ਨਹੀਂ ਸਨ ਮਿਲਦੇ, ਪਾਣੀ ਪੀਣ ਵਾਸਤੇ ਚੰਗਾ ਨਹੀਂ ਸੀ ਮਿਲਦਾ, ਜਿਨ੍ਹਾਂ ਨੇ ਉਸ ਪਾਵਨ ਸਥਾਨ ਦੇ ਦਰਸ਼ਨ ਕੀਤੇ ਨੇ। ਮਗਰਲੇ ਪਾਸੇ ਸਰੋਵਰ ਹੈ ਛੋਟਾ ਜਿਹਾ, ਉਹਦੇ ਵਿੱਚੋਂ ਉਹਨਾਂ ਨੂੰ ਨਹਾਉਣ ਵਾਸਤੇ, ਉਹਦੇ ਵਿੱਚੋਂ ਉਹਨਾਂ ਨੂੰ ਹੱਥ ਧੋਣ ਵਾਸਤੇ, ਉਹਨਾਂ ਉਸੇ ਸਰੋਵਰ ਦੇ ਵਿੱਚੋਂ ਉਹਨਾਂ ਨੂੰ ਪੀਣ ਵਾਸਤੇ ਪਾਣੀ ਮਿਲਦਾ ਸੀ। ਸਤਿਗੁਰੂ ਜੀ ਨੇ ਉਹਨਾਂ 'ਤੇ ਬੜਾ ਤਰਸ ਕੀਤਾ ਹੈ। ਸੰਗਤ ਜੀ, ਕਈ ਵਿਦਵਾਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅੱਜ ਦਾ ਇਹ ਦਿਹਾੜਾ ਸੱਚ ਦਾ ਦਿਹਾੜਾ ਹੈ, ਸੱਚ ਦਾ ਪ੍ਰਤੀਕ ਹੈ, ਪਰ ਅਸੀਂ ਸੱਚ ਬੋਲਣ ਤੋਂ ਗੁਰੇਜ਼ ਕਰਦੇ ਹਾਂ। ਹਰੇਕ ਬੰਦਾ ਅੱਜ ਸੱਚ ਤੋਂ ਕੰਨੀ ਕਤਰਾਉਂਦਾ ਹੈ। ਝੂਠੇ ਨੂੰ ਅਸੀਂ ਝੂਠਾ ਨਹੀਂ ਕਹਿ ਸਕਦੇ, ਸੱਚੇ ਨੂੰ ਸੱਚਾ ਨਹੀਂ ਕਹਿ ਸਕਦੇ। ਇਹ ਸਾਡੇ ਵਿੱਚ ਬਹੁਤ ਵੱਡੀ ਕਮਜ਼ੋਰੀ ਆ ਗਈ ਹੈ। ਭਾਵੇਂ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਹਰ ਥਾਂ 'ਤੇ ਸਾਨੂੰ ਨਾਮ ਜਪਣ ਦਾ, ਸੱਚ ਬੋਲਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਔਰ ਅੱਜ ਦਾ ਉਹ ਦਿਹਾੜਾ ਬੰਦੀ ਛੋੜ ਦੀਪਮਾਲਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਪਮਾਲਾ ਦਾ ਜੋੜ ਮੇਲਾ ਮਨਾਉਣ ਵਾਸਤੇ ਸਮੇਂ ਦੀ ਹਕੂਮਤ ਦੇ ਨਾਲ ਵਿਚਾਰ ਕੀਤੀ, ਆਗਿਆ ਲਈ, ਔਰ ਸੰਗਤਾਂ ਨੂੰ ਸੱਦੇ ਪੱਤਰ ਭੇਜੇ ਗਏ। ਪਰ ਜਦੋਂ ਸਮੇਂ ਦੀ ਹਕੂਮਤ ਦੀ ਨਜ਼ਰ ਬਦਲ ਗਈ ਕਿ ਜਦੋਂ ਹਰਿਮੰਦਰ ਸਾਹਿਬ ਸਿੱਖ ਇਕੱਠੇ ਹੋਣ ਤਾਂ ਇਹਨਾਂ ਨੂੰ ਉੱਥੇ ਕਤਲ ਕਰ ਦਿੱਤਾ ਜਾਵੇ। ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਤੁਰੰਤ ਸੰਗਤਾਂ ਨੂੰ ਰੋਕ ਦਿੱਤਾ, ਕੋਈ ਸੰਗਤ ਨਾ ਆਵੇ। ਸੰਗਤ ਜੀ, ਭਾਈ ਮਨੀ ਸਿੰਘ ਜੀ ਨੂੰ ਇਸੇ ਦਿਹਾੜੇ ਤੋਂ ਹੀ ਉਸ ਸਮੇਂ ਦੀ ਹਕੂਮਤ ਨੇ ਕੈਦ ਕੀਤਾ ਅਤੇ ਧਰਮ ਤਬਦੀਲ ਕਰਨ ਵਾਸਤੇ ਕਿਹਾ, ਪਰ ਭਾਈ ਮਨੀ ਸਿੰਘ ਜੀ ਨੇ ਕਿਹਾ ਸੀ, ਕਹਿਣ ਲੱਗੇ, ਇਹ ਜਿਹੜੀ ਕਾਇਆ ਇਹ ਤਾਂ ਆਉਣ ਜਾਣ ਵਾਲੀ ਹੈ, ਪਰ ਸਿੱਖੀ ਕਦੇ ਕਦੇ ਪ੍ਰਾਪਤ ਹੁੰਦੀ ਹੈ, ਇਸ ਕਰਕੇ ਮੈਂ ਸਿੱਖੀ ਦਾ ਪੱਲਾ ਨਹੀਂ ਛੱਡਾਂਗਾ। ਸੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ 24 ਜੂਨ ਨੂੰ ਸੰਗਤ ਜੀ ਸ਼ਹੀਦ ਕਰ ਦਿੱਤਾ, ਬੰਦ ਬੰਦ ਕੱਟ ਕੇ। ਤੋ ਅੱਜ ਆਪਾਂ ਉਹਨਾਂ ਸ਼ਹੀਦਾਂ ਨੂੰ, ਜਿੱਥੇ ਸਤਿਗੁਰਾਂ ਨੂੰ ਸਤਿਕਾਰ ਭਾਵਨਾ ਨਮਸਕਾਰ ਕਰਨ ਵਾਸਤੇ ਆਏ ਹਾਂ, ਉੱਥੇ ਨਾਲ ਆਪਾਂ ਉਹਨਾਂ ਸ਼ਹੀਦਾਂ ਨੂੰ ਵੀ ਨਤਮਸਤਕ ਹੋਣ ਵਾਸਤੇ ਆਏ ਹਾਂ। ਸੋ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੇਣ ਵਾਸਤੇ ਸਾਡੇ ਕੋਲ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ, ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ। ਮਸਕੀਨ ਜੀ ਇੱਕ ਗੱਲ ਕਿਹਾ ਕਰਦੇ ਸਨ, ਮਸਕੀਨ ਜੀ ਦਾ ਬੇਟਾ ਭਾਈ ਅਮਰਜੀਤ ਸਿੰਘ ਜੀ ਉਹ ਵੀ ਪਹੁੰਚੇ ਨੇ। ਮਸਕੀਨ ਜੀ ਕਹਿੰਦੇ ਸਨ, ਦੁਨੀਆਂ ਦੇ ਤਮਾਮ ਮੰਦਰ ਗੂੰਗੇ ਅਤੇ ਬੋਲੇ ਹਨ। ਸੰਗਤ ਜੀ, ਦੁਨੀਆਂ ਦੇ ਤਮਾਮ ਮੰਦਰ ਗੂੰਗੇ ਅਤੇ ਬੋਲੇ ਹਨ,
ਪਰ ਇੱਕੋ ਹੀ ਇੱਕ ਮੰਦਰ ਹੈ ਹਰ ਮੰਦਰ, ਜਿਹੜਾ ਆਈਆਂ ਸੰਗਤਾਂ ਦੀ ਗੱਲ ਸੁਣਦਾ ਹੈ ਔਰ ਆਈਆਂ ਸੰਗਤਾਂ ਨੂੰ ਆਪਣੇ ਬਚਨ ਸੁਣਾਉਂਦਾ ਹੈ। ਇੱਕੋ ਹੀ ਇੱਕ ਮੰਦਰ ਹੈ ਹਰ ਮੰਦਰ, ਜਿਹੜਾ ਬੋਲਦਾ ਵੀ ਹੈ ਅਤੇ ਸੁਣਦਾ ਵੀ ਹੈ। ਸੰਗਤ ਜੀ, ਦੁਨੀਆ ਦੇ ਤਮਾਮ ਮੰਦਰ ਬੰਦ ਹੋ ਜਾਂਦੇ ਨੇ ਪਰ ਇਹ ਮੰਦਰ ਸਤਿਗੁਰੂ ਦੀ ਕਿਰਪਾ ਨਾਲ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਇੱਥੇ 4 ਵਰਨਾਂ ਨੂੰ ਸਾਂਝਾ ਉਪਦੇਸ਼ ਹੈ, 4 ਵਰਨਾਂ ਦੇ ਲੋਕ ਜਦੋਂ ਮਰਜ਼ੀ ਆਉਣ, ਸੰਗਤ ਜੀ ਇੱਥੇ ਇਸ਼ਨਾਨ ਕਰਨ, ਦਰਸ਼ਨ ਕਰਨ, ਗੁਰੂ ਕਾ ਲੰਗਰ ਛਕਣ, ਕਿਸੇ ਨੂੰ ਕਦੇ ਵੀ ਕੋਈ ਰੋਕ ਟੋਕ ਨਹੀਂ। ਡਾਕਟਰ ਰੂਪ ਸਿੰਘ ਜੀ, ਸਰਦਾਰ ਜਗਜੀਤ ਸਿੰਘ ਜੀ ਜੱਗੇ, ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਹਰਪਾਲ ਸਿੰਘ ਜੀ ਜੱਲਾ ਔਰ ਇਸੇ ਤਰ੍ਹਾਂ ਹੀ ਬਹੁਤ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਹੋਏ ਨੇ, ਬਹੁਤ ਸਾਰੇ ਸਕੱਤਰ ਸਾਹਿਬਾਨ ਹਾਜ਼ਰ ਹੋਏ ਨੇ, ਸਾਰੀਆਂ ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੰਦੀ ਛੋੜ ਦੀਪ ਮਾਲਾ ਦੇ ਜੋੜ ਮੇਲਾ ਮਨਾਉਣ ਵਾਸਤੇ ਆਇਆਂ ਨੂੰ ਬਹੁਤ ਬਹੁਤ ਵਧਾਈਆਂ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਰੂਪ ਸਿੰਘ ਜੀ, ਸਰਦਾਰ ਜਗਜੀਤ ਸਿੰਘ ਜੀ ਜੱਗੇ, ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਹਰਪਾਲ ਸਿੰਘ ਜੀ ਜੱਲਾ ਔਰ ਇਸੇ ਤਰ੍ਹਾਂ ਹੀ ਬਹੁਤ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਹੋਏ ਨੇ, ਬਹੁਤ ਸਾਰੇ ਸਕੱਤਰ ਸਾਹਿਬਾਨ ਹਾਜ਼ਰ ਹੋਏ ਨੇ, ਸਾਰੀਆਂ ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੰਦੀ ਛੋੜ ਦੀਪ ਮਾਲਾ ਦੇ ਜੋੜ ਮੇਲਾ ਮਨਾਉਣ ਵਾਸਤੇ ਆਇਆਂ ਨੂੰ ਬਹੁਤ ਬਹੁਤ ਵਧਾਈਆਂ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਇਤਿਹਾਸਿਕ ਤੌਰ 'ਤੇ ਅੱਜ ਦੇ ਦਿਹਾੜੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਰੋਮ ਰੋਮ ਤੋਂ ਹਾਰਦਿਕ ਧੰਨਵਾਦ। ਅੱਜ ਦੇ ਇਸ ਸਮਾਗਮ 'ਚ ਸਰਦਾਰ ਹਰਪਾਲ ਸਿੰਘ ਜੀ ਜੱਲਾ, ਯੂਨੀਅਨ ਮੀਟ ਪ੍ਰਧਾਨ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਸਰਦਾਰ ਗੁਰਮੀਤ ਸਿੰਘ ਜੀ ਬੂ, ਮੈਂਬਰ ਅੰਤਰਿੰਗ ਕਮੇਟੀ, ਸਰਦਾਰ ਅਜੈਬ ਸਿੰਘ ਜੀ ਬਿਆਸੀ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਹਨ। ਹਾਰਦਿਕ ਤੌਰ 'ਤੇ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਗਹਿਰੇ ਮਸਕੀਨ ਨੂੰ ਕਿ ਉਹ ਵੀ ਸੰਗਤਾਂ ਦੇ ਨਾਲ ਅੱਜ ਦੇ ਦਿਹਾੜੇ 'ਤੇ ਵਿਚਾਰਾਂ ਦੀ ਸਾਂਝ ਪਾਉਣ ਜੀ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ। ਸਾਹਿਬੇ ਸਾਹਿਬਾ, ਮਹਿਮਾ ਦੇ ਮਾਲਕ, ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਰੂਹਾਨੀਅਤ ਦੇ ਮਰਕਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰ ਰਹੀ ਸਮੂਹ ਕੌਮ, ਗੁਰੂ ਰੂਪ ਸਾਧ ਸੰਗਤ ਅਤੇ ਗੁਰੂ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਨਿਰਮਲ ਆਤਮਾ ਸਿੰਘ ਸਾਹਿਬ ਜੀ ਨੇ ਜਿੱਥੇ ਹੋਰ ਮਹਾਨ ਗਹਿਰੇ ਵਿਚਾਰ ਆਪ ਨਾਲ ਸਾਂਝੇ ਕੀਤੇ ਹਨ, ਉੱਥੇ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀਆਂ ਦਾ ਵੀ ਜ਼ਿਕਰ ਕੀਤਾ ਹੈ। ਭਾਵੇਂ 14 ਸਾਲ ਪਹਿਲੇ ਸੰਸਾਰ ਤੋਂ ਰੁਖਸਤ ਹੋਏ ਪਰ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਆਖੇ ਹੋਏ ਬੋਲ ਅੱਜ ਵੀ ਹਰ ਹਿਰਦੇ ਵਿੱਚ ਤਾਜ਼ਾ ਹਨ। ਬੜੇ ਸੋਹਣੇ ਕਾਲਮ ਦੇ ਦੋ ਬੋਲ ਹਨ ਕਿ ਐ ਖੁਦਾ ਇਲਤਜ਼ਾ ਮੇਰੀ, ਮੇਰੀ ਜਾਨ ਇਮਾਨ, ਹਰਿਮੰਦਰ ਕੀ ਸ਼ਾਨ ਮੈਂ ਹੋ ਜਾਊਂ ਕੁਰਬਾਨ। ਇਸ ਅਸਥਾਨ ਵਰਗਾ ਨਾ ਅਸਥਾਨ ਕੋਈ ਸੰਸਾਰ 'ਤੇ ਹੈ ਅਤੇ ਇਸ ਅਸਥਾਨ ਦੇ ਪੈਗਾਮ ਵਰਗਾ ਪੈਗਾਮ ਵੀ ਸੰਸਾਰ 'ਤੇ ਕੋਈ ਨਹੀਂ ਹੈ। ਬੜੇ ਸੋਹਣੇ ਦੋ ਬੋਲ ਉੱਚੀ ਸੁਰਤ ਦੇ ਮਾਲਕ ਇੱਕ ਭਗਤ ਜੀ ਨੇ ਆਖੇ ਸਨ, ਜਿਨ੍ਹਾਂ ਦਾ ਨਾਮ ਹਰੀਦਾਸ ਹੈ। ਉਹ ਬੜਾ ਸੋਹਣਾ
कंपैरेटिवली कहते हैं कि हरि मंदिर हरि धाम को तोल लियो हरिदास, पारो पयो सो पोए रहो हौरो चरियो आकाश। दुनिया को बहुत महल हैं, किले हैं, वड़िया वड़िया रियासतां हैं, वड़े वड़े मुल्क हैं, पर सानू इस गल दा रोम रोम तो प्राउड है, फखर है। असी जिस दी शान ते वड़ियाई लई अपनी जान दे सकते हाँ, साढ़े कोल श्री हरिमंदर साहब ते अकाल तख्त साहब ने, जिन्होंने हर वेले हर मौके कौम नूं मनुखता नूं उच्ची ते सुची अगवाई दे के सदा ही उच्चियां कदरां कीमतां दे नाल जोड़िया है। ये बहुत वड्डा थां है, इसलिए सतगुरु आप कहिंदे हन, डिठे सबे थाव नहीं तुद जिहा, बदो पुरख विधाते तां तू सोया। वसदी सगण अपार अनूप रामदासपुर, हरिया नानक कस मल जाहे नाया रामदास सर। मैं अपने आप नूं खुशकिस्मत समझदा हाँ जो इतनियां महान अजमतमई हस्तियां बैठिया ने। श्रीमान सिंह साहब, हैड ग्रंथी साहब ज्ञानी जगतार सिंह जी, श्रीमान संत ज्ञानी हरनाम सिंह जी खालसा पिंडरांवाले महापुरख, श्रीमान डॉक्टर रूप सिंह जी जो दिन रात सतगुरु जी की सेवा विच समर्पित हो के अपनियां सेवावां भेट कर रहे हैं, और बहुत ही सत्कारयोग निर्मल आत्मा साड़ी कौम की नुमाइंदा जमात के मुखी भाई साहब भाई लौंगोवाल जी, जिन्होंने सतगुरु जी ने बहुत नवाजिया है। बड़ी प्रमुख शख्सियत के निर्मल आत्मा हैं, और इस तरह मैं अपने छोटे जे हिरदे तो जिन्होंने बहुत जिम्मेवारियां बख्शिया गई ने पातशाह ने झोली च पाइया हैं, श्रीमान सिंह साहब ज्ञानी हरप्रीत सिंह जी, जथेदार श्री अकाल तख्त साहब, ये वड्डियां शख्सियतों नूं मैं बेनती करना चाहता हाँ कि जिवें आप पहलां तो हुण तक सतगुरु जी की कौम नूं मनुखता नूं जोड़न की सेवा निभा रहे हो, सारे अरदास करिए कि सारी कौम एक थां जुड़ के हरिमंदर साहब जी की आन ते अकाल तख्त साहब जी की शान नूं समर्पित होंदिया अपना एक एक श्वास अपना एक एक पल ते जो लोड़ पवे ते अपने शरीर का एक एक कतरा जो साढ़े अंदर खून चलता है वो एक खून का एक एक कतरा भी श्री हरिमंदर साहब जी की शान ते अकाल तख्त साहब की शान नूं समर्पित होंदिया जे देना पवे ते झिझकीए ना ते अपना जीवन सफल करिए। बारंबार सब शख्सियतों का धन्यवाद, पुल चुक दी खिमा। वाहिगुरु जी का खालसा, वाहिगुरु जी की फतेह। जी की फतेह। परम सन्मान योग गुरु रूप गुरु खालसा साध संगत जी, वाहिगुरु जी का खालसा, वाहिगुरु जी की फतेह। अज संसार भर विचों समुचा खालसा पंथ अते गुरु नानक नाम लेवा माई भाई समुचे धर्मां दे ते वर्णां दे लोक खालसा पंथ दे मुख केंद्रीय स्थान सचखंड श्री हरिमंदर साहिब, श्री अमृतसर साहिब अते श्री अकाल तख्त साहिब जी विखे जुड़ करके मेरे सतगुरु दल भंजन गुर सूरमा वंड जोधा बहु परोपकारी ऐसे सतगुरु धन धन सतगुरु श्री गुरु हरगोबिंद साहिब सच्चे पातशाह महाराज जी का आपां बंदी छोड़ गुरपुरब मना रहे हाँ। पावन गुरबाणी का फुरमान है, गई बहोड़ बंदी छोड़
ਨਿਰੰਕਾਰ ਦੁਖਦਾਰੀ। ਪਹਿਲੇ ਸਰੂਪ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਦੀ ਕੈਦ ਵਿੱਚੋਂ ਦੁਖੀ ਲੋਕਾਈ ਨੂੰ, ਸਾਧੂਆਂ ਨੂੰ, ਮਜ਼ਲੂਮਾਂ ਨੂੰ ਏਮਨਾਬਾਦ ਦੀ ਧਰਤੀ 'ਤੇ ਆਪ ਸਮੇਂ ਦੀ ਜ਼ੁਰਬਾਨੀ ਹਕੂਮਤ ਦਾ ਜਬਰ ਆਪਣੇ ਤਨ ਉੱਤੇ ਸਹਾਰਦਿਆਂ ਚੱਕੀਆਂ ਪੀਸ ਕੇ ਆਪ ਆਪਣੇ ਤਨ ਉੱਤੇ ਕਸ਼ਟ ਹੰਢਾਉਂਦਿਆਂ ਹੋਇਆ ਜਿੱਥੇ ਜ਼ੁਰਬਾਨੀਆਂ ਦੀ ਕੈਦ ਵਿੱਚੋਂ ਨਿਰਦੋਸ਼ ਲੋਕਾਈ ਨੂੰ, ਦੁਖੀਆਂ ਨੂੰ, ਸਾਧੂਆਂ ਨੂੰ ਰਿਹਾਅ ਕਰਵਾਇਆ, ਉੱਥੇ ਛੇਵੇਂ ਸਰੂਪ ਵਿੱਚ ਵੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਸਤਿਗੁਰੂ ਜੀ ਨੇ ਆਪ ਰਿਹਾਈ ਕਰਵਾਈ। ਔਰ ਉੱਥੇ ਅੱਜ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਦੀਵਾਲੀ ਕੀ ਰਾਤ ਦੀਵੇ ਬਾਲੀਆਂ, ਅੰਬਰ ਜਾਤ ਸਨਾਤ ਤਾਰੇ ਭਾਲੀਆਂ। ਦੀਵਾਲੀ ਦਾ ਪੁਰਬ ਜਿਸ ਨੂੰ ਆਪਾਂ ਦੀਪਮਾਲਾ ਵਿਸ਼ੇਸ਼ ਤੌਰ 'ਤੇ ਆਖਦੇ ਹਾਂ, ਇਸ ਪਾਵਨ ਪਵਿੱਤਰ ਅਸਥਾਨ 'ਤੇ ਗੁਰੂ ਕਾਲ ਤੋਂ ਲੈ ਕੇ ਇਹ ਮਹਾਨ ਜੋੜ ਮੇਲਾ ਚੱਲਿਆ ਆਇਆ, ਔਰ ਵਿਸ਼ੇਸ਼ ਤੌਰ 'ਤੇ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੁੜ ਕੇ ਇਸ ਦਿਹਾੜੇ 'ਤੇ ਵੀ ਦਰਸ਼ਨ ਦੀਦਾਰ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਔਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ। ਸਤਿ ਸੰਗਤ ਜੀ, ਜੋ ਦੀਪਮਾਲਾ ਅੱਜ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਦੇ ਕਿਨਾਰੇ 'ਤੇ ਦਰਸ਼ਨ ਹੋ ਰਹੇ ਹੈ, ਲੱਖਾਂ ਦੀ ਗਿਣਤੀ ਵਿੱਚ ਦੁਨੀਆ ਦੇ ਕੋਨੇ ਕੋਨੇ ਵਿੱਚੋਂ ਸੰਗਤਾਂ ਬੜੇ ਚਾਅ ਨਾਲ ਜਿੱਥੇ ਹਾਜ਼ਰੀ ਭਰ ਰਹੀਆਂ ਹਨ, ਉੱਥੇ ਦੀਪਮਾਲਾ ਕਰਕੇ ਵੀ ਇਸ ਦਿਹਾੜੇ 'ਤੇ ਆਪਣੀ ਸ਼ਰਧਾ ਦਾ, ਭਾਵਨਾ ਦਾ ਪ੍ਰਗਟਾਵਾ ਕਰ ਰਹੀਆਂ ਹਨ। ਇਸੇ ਤਰ੍ਹਾਂ ਇਹ ਦੀਵੇ ਐਵੇਂ ਨਹੀਂ ਜਗੇ, ਇਹਨਾਂ ਦੀਵਿਆਂ ਦੇ ਅੰਦਰ, ਕੌਮ ਰੂਪ ਦੀਵੇ ਦੇ ਅੰਦਰ ਸ਼ਹੀਦ ਸਿੰਘਾਂ ਨੇ, ਪਵਿੱਤਰ ਸ਼ਹੀਦਾਂ ਨੇ ਪਵਿੱਤਰ ਖੂਨ ਦੀ ਰੱਤ ਪਾ ਕਰਕੇ ਆਪਣੇ ਸਿਦਕ ਦੀ, ਆਪਣੀ ਜਾਨ ਦੀ ਵੱਟੀ ਪਾ ਕਰਕੇ ਕੌਮ ਦੀ ਚੜ੍ਹਦੀ ਕਲਾ ਦਾ ਮਹਾਨ ਐਸਾ ਦੀਵਾ ਜਗਾਇਆ ਜੋ ਦੁਨੀਆ ਵਿੱਚ ਸਦਾ ਭਰ ਜਗਦਾ ਰਹੇਗਾ। ਸਤਿਗੁਰ ਸ਼ਬਦੋ ਉਜਾਰੋ ਦੀਪਾ, ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਨੂਪਾ। ਇਹ ਸ਼ਹੀਦਾਂ ਦੀ ਰੱਤ ਪਈ ਹੈ, ਸ਼ਹੀਦਾਂ ਦਾ ਪਵਿੱਤਰ ਖੂਨ ਪਿਆ, ਤਾਂ ਹੀ ਇਹ ਕੌਮ ਦੁਨੀਆ ਭਰ ਦੇ ਵਿੱਚ ਰੁਸ਼ਨਾਈ ਹੋਈ ਹੈ। ਇਸ ਲਈ ਸ਼ਹੀਦਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਕੌਮ ਦੀ ਹੋਂਦ ਹਸਤੀ ਵਾਸਤੇ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਬੇਨਤੀ ਕਰਕੇ, ਜ਼ਿਕਰ ਕਰਕੇ ਗਏ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਆਪਣੀ ਮਹਾਨ ਸ਼ਹਾਦਤ ਇਹਨਾਂ ਦਿਹਾੜਿਆਂ ਦੀ ਪਰੰਪਰਾ ਨੂੰ ਦੁਨੀਆ ਵਿੱਚ ਇਤਿਹਾਸਕ ਤੌਰ 'ਤੇ ਸਦਾ ਸਥਾਪਿਤ ਰੱਖਣ ਲਈ ਬੰਦ ਬੰਦ ਕਟਾ ਕੇ ਮਹਾਨ ਸ਼ਹੀਦੀ ਦਿੱਤੀ। ਸੋ ਖਾਲਸਾ ਜੀ, ਮੈਂ ਦੁਨੀਆ ਭਰ ਦੇ ਸਿੱਖਾਂ ਨੂੰ, ਸੰਗਤਾਂ ਨੂੰ ਔਰ ਸਿੱਖ ਸੰਸਥਾਵਾਂ ਨੂੰ ਸਿਨਮਰ ਬੇਨਤੀ ਕਰਦਾ ਕਿ ਆਹ ਜਿਹੜਾ ਸਮਾਂ ਕੌਮ ਉੱਤੇ ਬੜਾ ਭਿਆਨਕ ਚੱਲ ਰਿਹਾ, ਮਾਨਯੋਗ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਇਸੇ ਤਰ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਬੈਠੇ ਹੈ। ਆਪਾਂ ਜਿਸ ਸੰਕਟ ਵਿੱਚੋਂ ਕੌਮ ਗੁਜ਼ਰ ਰਹੀ ਹੈ, ਇਸ ਸੰਕਟ ਵਿੱਚੋਂ ਕੌਮ ਨੂੰ ਅੱਗੇ ਲੈ ਕੇ ਜਾਣਾ, ਇਹ ਸਾਡੀ ਸਾਰਿਆਂ ਦੀ ਔਰ ਪੰਥਕ ਅਤੇ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਆਪਣੀ ਕੌਮ ਨੂੰ ਐਸੇ ਵਿਖੜੇ ਸੰਕਟ ਵਿੱਚੋਂ ਅੱਗੇ ਲੈ ਕੇ ਜਾਈਏ ਔਰ ਸਮੁੱਚੇ ਕੌਮ ਦੇ ਵਿੱਚ ਕੌਮ ਦੀ ਇੱਕ ਸੁਰਤਾ ਬਣਾਉਣ ਲਈ ਅੱਜ ਬਹੁਤ ਵੱਡੇ ਯਤਨਾਂ ਦੀ ਲੋੜ ਹੈ ਕਿ ਕੌਮ ਦੇ ਵਿੱਚ ਜੋ ਬਿਖਰੀ ਹੋਈ ਸਾਡੀ ਸ਼ਕਤੀ ਹੈ
ਉਸ ਨੂੰ ਇਕਮੁੱਠ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ 'ਤੇ ਕੇਂਦਰਿਤ ਕਰਕੇ ਕੌਮ ਦੀ ਚੜ੍ਹਦੀ ਕਲਾ ਲਈ ਸਮੁੱਚੀ ਕੌਮ ਨੂੰ ਇਕਮੁੱਠ ਕੀਤਾ ਜਾਏ। ਤੀਸਰਾ, ਅਜੋਕੇ ਦੌਰ ਵਿੱਚ ਗੁਰ ਇਤਿਹਾਸ, ਸਿੱਖ ਇਤਿਹਾਸ ਔਰ ਪੰਥਕ ਪਰੰਪਰਾ ਉੱਤੇ ਬੜੇ ਮਾਰੂ ਹਮਲੇ ਹੋ ਰਹੇ ਹੈ। ਬਹੁਤ ਵੱਡੇ ਪੱਧਰ ਦੇ ਉੱਤੇ ਗੁਰ ਇਤਿਹਾਸ ਨੂੰ ਅਤੇ ਸਿੱਖ ਇਤਿਹਾਸ ਨੂੰ ਅੱਜ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ। ਸਾਨੂੰ ਅੱਜ ਲੋੜ ਹੈ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਪੰਥਕ ਜੋ ਪਰੰਪਰਾਵਾਂ ਹਨ ਜਿਨ੍ਹਾਂ ਨੂੰ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਅੱਜ ਢਾਹ ਲਾਈ ਜਾ ਰਹੀ ਹੈ, ਉਸ ਢਾਹ ਲੱਗਦੀ ਨੂੰ ਰੋਕਣਾ ਔਰ ਆਪਣੇ ਸਤਿਗੁਰਾਂ ਦੇ ਗੁਰ ਇਤਿਹਾਸ ਨੂੰ, ਸਿੱਖ ਇਤਿਹਾਸ ਨੂੰ ਅਸਲੀ ਰੂਪ ਦੇ ਵਿੱਚ ਜੋ ਗੁਰੂ ਕਾਲ ਤੋਂ ਚੱਲਿਆ ਆਇਆ ਉਸ ਨੂੰ ਉਵੇਂ ਸੰਭਾਲ ਕੇ ਰੱਖਣਾ। ਔਰ ਚੌਥੇ ਨੰਬਰ 'ਤੇ ਜੋ ਸਿੰਘ ਜੇਲ੍ਹਾਂ ਵਿੱਚ ਬੈਠੇ ਹੈ ਉਹਨਾਂ ਦੀ ਰਿਹਾਈ ਲਈ ਵੱਡੇ ਉਪਰਾਲੇ ਕਰਨ ਦੀ ਅੱਜ ਕੌਮ ਨੂੰ ਲੋੜ ਹੈ। ਸੋ ਨਾਲ ਨਾਲ ਮੈਂ ਸਮੁੱਚੀਆਂ ਜਥੇਬੰਦੀਆਂ ਨੂੰ ਅਪੀਲ ਕਰਾਂਗਾ ਕਿ ਆਪਸੀ ਬਖਰੇਵੇਂ ਔਰ ਮਤਭੇਦ ਦੂਰ ਕਰਕੇ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕੇਂਦਰ ਹੋਈਏ। ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੀ ਕੌਮ ਨੂੰ ਇੱਕਜੁੱਟ ਕਰੀਏ। ਇਸ ਦੇ ਨਾਲ ਨਾਲ ਮੈਂ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਉਹਨਾਂ ਨੂੰ ਵੀ ਸੁਨਮਰ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਭਾਈ ਸਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ ਨਸ਼ਿਆਂ ਦਾ ਤਿਆਗ ਕਰਨ, ਜਿਨ੍ਹਾਂ ਨੇ ਕੇਸ ਕਟਾਏ ਆ ਗੁਰਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਸਾਬਤ ਸੂਰਤ ਕੇਸ ਰੱਖਣ, ਛੋਟੇ ਛੋਟੇ ਬੱਚਿਆਂ ਦੇ ਅੱਜ ਸਿੱਖ ਪਰਿਵਾਰਾਂ ਵਿੱਚ ਕੇਸ ਕਤਲ ਕਰਨ ਦਾ ਬੜਾ ਭੈੜਾ ਰੁਝਾਨ ਚੱਲਿਆ ਹੋਇਆ। ਅਸੀਂ ਇਸ ਰੁਝਾਨ ਨੂੰ, ਇਸ ਮਾਰੂ ਅਤੇ ਖਤਰਨਾਕ ਰੁਝਾਨ ਨੂੰ ਰੋਕ ਕੇ ਆਪਣੇ ਬੱਚਿਆਂ ਨੂੰ ਸਾਬਤ ਸੂਰਤ ਰੱਖੀਏ, ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ। ਮੈਂ ਸਤਿਗੁਰਾਂ ਦੇ ਸਤਿਗੁਰਾਂ ਦੇ ਬੰਦੀ ਛੋੜ ਗੁਰਪੁਰਬ ਦੀ ਦੀਪ ਮਾਲਾ ਦੀ ਸਮੁੱਚੇ ਸੰਸਾਰ ਭਰ ਵਿੱਚ ਵਸਦੀਆਂ ਇੱਥੇ ਲੱਖਾਂ ਦੀ ਤਾਦਾਦ ਵਿੱਚ ਜੁੜੀਆਂ ਸੰਗਤਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ। ਔਰ ਨਾਲ ਮੈਂ ਫਿਰ ਦੁਬਾਰਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ, ਇਸ ਤੋਂ ਇਲਾਵਾ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਤਰ ਕਮੇਟੀ ਦੇ ਮੈਂਬਰ ਸਹਿਬਾਨ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਸਰਦਾਰ ਅਜੈਬ ਸਿੰਘ ਜੀ ਬਿਆਸੀ, ਡਾਕਟਰ ਸਰਦਾਰ ਰੂਪ ਸਿੰਘ ਜੀ, ਮੈਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਧੰਨਵਾਦ ਸੰਤ ਗਿਆਨੀ ਬਾਬਾ ਹਰਨਾਮ ਸਿੰਘ ਜੀ, ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ। ਇਸ ਸਮੇਂ 'ਤੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਰਦਾਰ ਗੁਰਿੰਦਰਪਾਲ ਸਿੰਘ ਜੀ ਮੈਂਬਰ ਸ਼੍ਰੋਮਣੀ ਕਮੇਟੀ ਵੀ ਪਹੁੰਚੇ ਨੇ। ਮੈਂ ਹੁਣ ਅਦਬ ਸਤਿਕਾਰ ਨਾਲ ਬੇਨਤੀ ਕਰਦਾ ਮਾਨਯੋਗ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਕਿ ਉਹ ਇਸ ਅਵਸਰ 'ਤੇ ਕੌਮ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੁੜੀਆਂ ਸਮੂਹ ਸੰਗਤਾਂ, ਆਓ ਗੁਰੂ ਫਤਿਹ ਨਾਲ ਜੁੜੀਏ। ਸਤਿਕਾਰ ਸਹਿਤ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੂਹ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਹਾਰਦਿਕ ਵਧਾਈ ਦਿੰਦਾ ਹਾਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾ ਹੋਣ ਮਗਰੋਂ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ ਵਿੱਚ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਇਹ ਇਤਿਹਾਸਕ ਦਿਹਾੜਾ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ
हक विच अगे आउण दी प्रेरणा दिंदा है। श्री गुरु हरगोबिंद साहिब वल्लों ग्वालियर दी कैद विचों छुड़ाए 52 राजिआं दा इतिहास संभाली बैठा यह दिहाड़ा समुचे पंथ वल्लों पूरे उत्साह नाल मनाया जांदा है। उस समय जदों 6वें पातशाह जी सचखंड श्री हरिमंदर साहब श्री अमृतसर पुजे तां बाबा बुढ़ा जी की अगवाई च संगतां ने खुशी दे घिओ दे दीवे जगाए अते दीपमाला कीती। बंदी छोड़ दिवस सानू धर्म दीआं कदरां कीमतां ते दृढ़ रह के जीवन जिउण दा सुनेहा दिंदा है। ये कौम की चढ़दी कला लई औखे समयां विच भी हौसला बुलंद रखन अते अपने धर्म लई मरन मिटन दा संदेश दिंदा है। गुरु साहिबान दा समुचा जीवन जबर जुलम अते अन्याय दे खिलाफ एक संघर्ष रहा है। श्री गुरु नानक देव जी भी ने हिंदुस्तान की बोली सभ्याचार अते रीति रिवाज बचाउण लई जो मिशन आरंभिया उसनू 6वें पातशाह श्री गुरु हरगोबिंद साहिब जी ने होर अगे वधाया, जुल्म अते अन्याय विरुद्ध आवाज़ बुलंद की। श्री गुरु हरगोबिंद साहिब जी ने लुकाई नूं एक नवीं रोशनी नवे जज्बे अते नवे जोश ते रूबरू किया। धार्मिक समाजिक राजनीतिक ते आर्थिक क्रांति का मुढ बनण वाले गुरु साहिबान वल्लों दर्शाए हुए मार्ग नूं अपनाउणा अज दी वड्डी लोड़ है। गुरु साहिब दी विचारधारा बंधना तो मुक्ति का राह दिखाउंदी है, पर अज बहुत सारियां समाजिक कुरीतियां विच फस के असी जीवन दुश्वारियां वाले पासे लजा रहे हां। सानू नशे पतपना अते भ्रूण हत्या जिहियां समाजिक कुरीतियां विरुद्ध खड़े होना पवेगा। अज कुछ पंथ विरोधी शक्तियां गुरु इतिहास अते सिख इतिहास नूं भी बिगाड़न की कोशिश विच हन, जिन्हां तों सुचेत होण दी लोड़ है। मैं अज दे दिहाड़े शहीद भाई मणि सिंह जी नूं भी सरदा ते सत्कार भेट करदा हाँ, क्योंकि भाई साहब जी की शहीदी का संबंध भी इस दिहाड़े नाल जुड़दा है। इतिहास गवाह है कि समय की हुकूमत ने बदनीति नाल भाई मणि सिंह नूं बंद बंद कट के शहीद कर दिता सी। मैं समूह संगत ते खासकर सिख नौजवानी नूं शहीद भाई मणि सिंह जी दे जीवन तो सिखी जज्बे की प्रेरणा लैण की बेनती करदा हाँ। एक बार फिर बंदी छोड़ दिवस की मुबारकबाद दिंदा होया कौम की एकजुटता लई अरदास करदा हाँ। वाहिगुरू जी का खालसा वाहिगुरू जी की फतेह। कमेटी श्री अमृतसर साहब, हुण मैं अदब सत्कार नाल बेनती करांगा सिंह साहब ज्ञानी रघुवीर सिंह जी जथेदार श्री अकाल केसगढ़ साहब नूं कि वह भी इस मौके पर संगतां नूं संदेश देंगे। सिंह साहब ज्ञानी रघुवीर सिंह जी जथेदार तख्त श्री केसगढ़ साहब, वाहेगुरू जी का खालसा वाहेगुरू जी की फतेह। रूहानियत दे केंद्र सचखंड श्री हरिमंदर साहिब अते श्री अकाल तख्त साहब जी के सानमुख सुभायमान समूह गुरु सवारे खालसा जी, फतेह बुलाओ वाहेगुरू जी का खालसा वाहेगुरू जी की फतेह। अज मेरी पीरी दे मालक गुरु हरगोबिंद साहब जी महाराज सच्चे पातशाह जी दे 52 राजिआं नूं ग्वालियर दे किले विचों रिहा करवा के श्री अमृतसर साहिब पहुँचण ते उस वक्त संगतां ने दीपमाला करके खुशियां दी सांझ कीती, और सदियां तो ही चल रहे इस दिहाड़े नूं समुचा खालसा पंथ श्री अकाल तख्त साहब श्री हरिमंदर साहब जी विखे एकत्र हो के मनाउंदा आ रहा है। और इस पावन दिहाड़े नूं मनाउण वास्ते बहुत सारियां कुर्बानियां भी होईयां, जिन्हां दे विचों भाई साहिब भाई मणि सिंह जी अमर शहीद जी का जिक्र इस स्टेज तो किया गया है। काजी भाई मणि सिंह बारे लिखता है, वो कहिंदा है कि हर मंदिर को यह पुजारी मान है इसको खलकत सारी,
ਦੂਰੋਂ ਚੱਲ ਕੇ ਜੋ ਸਿੱਖ ਆਵੇ ਇਸ ਹੀ ਕਉ ਆ ਫਤਿਹ ਬੁਲਾਵੇ ਸਿੱਖਣ ਕਉ ਸਿੱਖੀ ਦਰੜਾਵੇ ਸਿੱਖਿਓਂ ਚੁੱਕੈ ਤਿਸ ਤਨਖਾਹ ਲਗਾਵੇ। ਕਾਜੀ ਜ਼ਕਰੀਆ ਖਾਨ ਨੂੰ ਕਹਿੰਦਾ ਕਿ ਜੇਕਰ ਭਾਈ ਮਨੀ ਸਿੰਘ ਸਾਹਿਬ ਨੂੰ ਇਸਲਾਮ ਕਬੂਲ ਕਰਵਾ ਲਿਆ ਜਾਏ ਤਾਂ ਸਮੁੱਚਾ ਖਾਲਸਾ ਪੰਥ ਹੀ ਇਸਲਾਮ ਕਬੂਲ ਕਰ ਲਵੇਗਾ, ਪਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਰਾਂ ਨੇ ਜੋ ਸਿੱਖੀ ਸਪਿਰਿਟ ਸੀ ਉਸ ਦੇ ਮੁਤਾਬਕ ਕਿ ਸ਼ਬਦ ਕਹਿ ਸਨ ਕਿ ਦੇਹੀ ਕਿਸ ਕੀ ਬਾਪੁਰੀ, ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਣ ਜਾਣ ਹੈ ਫਿਰ ਸਿੱਖੀ ਮਿਲੇ ਕਬ ਕੋਏ। ਉਹਨਾਂ ਮਹਾਨ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ ਔਰ ਸਤਿਗੁਰਾਂ ਦੇ ਪਾਵਨ ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁੜੇ ਸਮੁੱਚੇ ਖਾਲਸਾ ਪੰਥ ਨੂੰ ਅੱਜ ਦੇ ਬੰਦੀ ਛੋੜ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ, ਜਿਨ੍ਹਾਂ ਨੇ ਥੋੜ੍ਹੇ ਸ਼ਬਦਾਂ ਦੇ ਵਿੱਚ ਬਹੁਤ ਹੀ ਭਾਵਪੂਰਤ ਇਤਿਹਾਸਿਕ ਜਾਣਕਾਰੀ ਵੀ ਦਿੱਤੀ ਅਤੇ ਸੰਗਤਾਂ ਨੂੰ ਸੰਬੋਧਨ ਕਰਕੇ ਅੱਜ ਦੇ ਦਿਨ ਬਾਰੇ ਸੰਦੇਸ਼ ਦਿੱਤਾ, ਹਾਰਦਿਕ ਤੌਰ 'ਤੇ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿ ਉਹ ਕੌਮ ਦੇ ਨਾਂ ਸੰਦੇਸ਼ ਦੇਣਗੇ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਅੱਜ ਦਾ ਮਹਾਨ ਦਿਹਾੜਾ ਸਾਨੂੰ ਆਪਣੇ ਇਤਿਹਾਸ ਦੀ ਯਾਦ ਦਿਵਾਉਂਦਾ ਹੈ। ਇਸ ਦਿਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਿੰਦੁਸਤਾਨ ਦੀਆਂ 52 ਰਿਆਸਤਾਂ ਦੇ ਮੁਖੀਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾ ਕੇ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਨਵੇਕਲਾ ਅਧਿਆਇ ਸਥਾਪਿਤ ਕੀਤਾ। ਇਸ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੰਦੀ ਛੋੜਦਾਤਾ ਕਿਹਾ ਜਾਂਦਾ ਹੈ ਅਤੇ ਖਾਲਸਾ ਪੰਥ ਇਸ ਪਾਵਨ ਦਿਹਾੜੇ ਨੂੰ ਸਦੀਆਂ ਤੋਂ ਬੰਦੀ ਛੋੜ ਦਿਵਸ ਦੇ ਰੂਪ ਦੇ ਤੌਰ 'ਤੇ ਮਨਾਉਂਦਾ ਆ ਰਿਹਾ ਹੈ। ਸਿੱਖ ਕੌਮ ਨੂੰ ਮਾਣ ਹੈ ਕਿ ਇਸ ਨੇ ਆਪਣੀ ਨਿਰਮਲ ਵਿਚਾਰਧਾਰਾ ਕਰਕੇ ਵਿਲੱਖਣ ਹੋਂਦ ਹਸਤੀ ਅਤੇ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੈ। ਅੱਜ ਇਸ ਨਿਰਮਲ ਪੰਥ ਦੇ ਵਾਰਸ ਸੰਸਾਰ ਭਰ ਵਿੱਚ ਸਿੱਖੀ ਦੀ ਖੁਸ਼ਬੋਈ ਨੂੰ ਬਖੇਰ ਰਹੇ ਹਨ। ਜਾਗਰਤ ਅਤੇ ਗੈਰਤਮੰਦ ਕੌਮਾਂ ਹਰ ਯੁੱਗ ਵਿੱਚ ਅੰਦਰੂਨੀ ਅਤੇ ਬਾਹਰੀ ਸਮੱਸਿਆਵਾਂ ਨਾਲ ਜੂਝਦੀਆਂ ਹਨ। ਸਰਬੱਤ ਦਾ ਭਲਾ ਅਤੇ ਚੜ੍ਹਦੀ ਕਲਾ ਦੀ ਉਮੰਗ ਸਾਡੀ ਰੋਜ਼ਾਨਾ ਦੀ ਅਰਦਾਸ ਦਾ ਹਿੱਸਾ ਹੈ। ਖਾਲਸਾ ਪੰਥ ਨੂੰ ਆਪਣੀ ਹੋਂਦ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਗੁਰਮਤਿ ਸਿਧਾਂਤ ਅਤੇ ਆਪਣੀ ਵਿਲੱਖਣ ਪਹਿਚਾਣ ਸਦਕਾ ਅਨੇਕਾਂ ਵਿਖੜੇ ਪੈਂਡਿਆਂ ਨੂੰ ਤੈਅ ਕਰਨਾ ਪਿਆ। ਵਕਤ ਦੀ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰੂ ਧਾਮਾਂ 'ਤੇ ਕੀਤਾ ਹਮਲਾ, ਅਣਗਿਣਤ ਜਾਨੀ ਅਤੇ ਮਾਲੀ ਨੁਕਸਾਨ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸਿੱਖ ਪੰਥ ਦੇ ਕੀਮਤੀ ਦਸਤਾਵੇਜ਼ਾਂ ਦੀ ਲੁੱਟ, ਸੋਚੀ ਸਮਝੀ ਸਾਜਿਸ਼ ਅਧੀਨ ਨਵੰਬਰ 1984 'ਚ ਸਿੱਖਾਂ ਦੀ ਨਸਲ ਕੁਸ਼ੀ ਲਈ ਸਿੱਖ ਨੌਜਵਾਨੀ ਦਾ ਬੇਰਹਿਮੀ ਨਾਲ ਕੀਤਾ ਕਤਲੇਆਮ ਕਦੇ ਨਾ ਭੁੱਲਣ ਵਾਲਾ ਨਾਸੂਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ, ਜੇਲ੍ਹਾਂ ਵਿੱਚ ਬੰਦ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਨਾ ਹੋਣਾ ਅਤੇ ਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਵਰਗੇ ਅਪਰਾਧਾਂ ਨੇ ਭਾਰਤ ਅੰਦਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ। ਸਮੇਂ ਦੀਆਂ ਸਰਕਾਰਾਂ, ਦੇਸ਼ ਦਾ ਕਾਨੂੰਨ ਅਤੇ ਅਦਾਲਤਾਂ ਵੀ ਸਿੱਖਾਂ ਨਾਲ ਇਨਸਾਫ ਨਹੀਂ ਕਰ ਸਕੀਆਂ। ਗਹਿਰੀ ਸਾਜਿਸ਼ ਅਧੀਨ ਸਿੱਖ ਇਤਿਹਾਸ, ਸਿੱਖ ਪਰੰਪਰਾਵਾਂ ਨਾਲ ਲਿਖਤੀ ਅਤੇ ਮੌਖਿਕ ਛੇੜਛਾੜ ਅਤੇ ਪੰਜਾਬੀ ਸੱਭਿਆਚਾਰ ਦੇ ਗੰਧਲੇਪਣ ਕਾਰਨ ਸਿੱਖ ਨੌਜਵਾਨੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਇਹ ਸਭ ਕੌਮ ਲਈ ਡੂੰਘੀ ਚਿੰਤਾ ਅਤੇ ਦਰਦ ਦਾ ਵਿਸ਼ਾ ਹੈ। ਇਹ ਕਾਰਵਾਈਆਂ ਪੰਥਕ ਸ਼ਕਤੀ ਨੂੰ ਖੇਰੂ ਖੇਰੂ ਕਰਨ ਦਾ ਕੋਝਾ ਯਤਨ ਹੈ। ਯੋਗ ਅਤੇ ਕਾਬਲ ਸਿੱਖ ਨੌਜਵਾਨੀ ਲਈ ਇੱਥੇ ਪੜ੍ਹਾਈ ਦਾ ਪ੍ਰਬੰਧ ਅਤੇ ਰੋਜ਼ਗਾਰ ਦੇ ਢੁੱਕਵੇਂ ਮੌਕੇ ਨਾ ਹੋਣ ਕਾਰਨ ਵਿਦੇਸ਼ ਜਾਣ ਦਾ ਰੁਝਾਨ ਸਦਕਾ ਹਿੰਦੁਸਤਾਨ
खासकर पंजाब अंदर लगातार घट रही सिख आबादी भी चिंता का विषय है। सोशल मीडिया से सिखां वल्लों अपने विचार रखदियां एक दूसरे प्रति नीवी पद्धर से वरती जा रही शब्दावली सिख नैतिकता का घाण कर रही है। सोशल मीडिया नूं भरा मारी जंग करवाउण लई आधार स्रोत वजो वरतना सिख विरोधी लोगों की डूंगी साजिश का हिस्सा जापदा है। इस तों बचन अते सावधान होने की वड्डी लोड़ है। केवल उसारू अते संजम च रह के कीती आलोचना ही सार्थक नतीजे प्रदान करती है। अज समें की लोड़ है कि खालसा पंथ गुरबाणी के इलाही ज्ञान खड़ग नाल अपने अंदर अते दुनिया विच फैले हुए अंधकार नूं खत्म करन लई तत्पर होवे। इस इलाही सच की ताकत नाल निरभाओ निरवैर विचारधारा तो प्रेरणा लैके सरबत दे भले हित मजलूम लोड़वंद गरीब की आस ते सहारा बनीए अते हर एक लई इंसाफ बराबरी अते आजादी की आवाज़ बुलंद करके अपनी पंथक जिम्मेवारी निभाइए। उपरोक्त चुनौतियों के सन्मुख गुरबाणी की रोशनी विच समुचियां पंथक धिरां अते संस्थावां एक दूजे नूं भंडण की बजाए गुरमत अनुसार किते कारजां लई उत्साहित करन। सिख संस्थावां अपने अपने करतब नूं पहचानदियां किरत सभ्याचार नाल जुड़न लई उपराले करन अते सिख समाज अंदर अलोप रहे किरत सभ्याचार नूं उत्साहित करन हित योग ढंग नाल वरतन लई व्यौंतबंदी करन। सन 2019 विच श्री गुरु नानक साहिब सच्चे पातशाह जी दा 550 साला प्रकाश पुरब शताब्दी नूं श्रद्धा भावना नाल मलाउण लई अज तो ही अजिही व्यौंतबंदी की जाए कि गुरु पंथ का जलाओ समुचे संसार के अंदर प्रगट हो सके। पंथक शक्ति नूं एकजुट करन लई रल मिल के श्री गुरु नानक देव जी वल्लों चलाई उसारू संवाद प्रक्रिया मुड़ सुरजीत की जाए ता जो कौम विवादों विचों निकल सके। सतगुरु रहमत करन सिख परिवारों विच गुरमत ज्ञान का प्रकाश होवे अते ओह सिख मर्यादा दे सिख रहत मर्यादा दे धारनी होण तां जो गुरु साहिबान दे उत्त अदुत्ती फलसफे की खुशबू समुची लोकाई विच फैल सके। आओ बंदी छोड़ दिवस के मौके पर जाग रहे ज्ञान के प्रतीक दीव्यां तो प्रेरणा लैके रूहानी ज्ञान के सोमे गुरबाणी ते बाणी नाल जुड़ के अपना संवारीए ते सिखी की खुशबोई नूं विश्व ज्ञान प्रकाश द्वारा वंडिए। इस भावना ते अरदास नाल शुभ आशावां सहित फतेह बुलाउंदा वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। हार्दिक तौर पर धन्यवाद सिंह साहब ज्ञानी हरप्रीत सिंह जी कार्यकारी जथेदार श्री अकाल तख्त साहब श्री अमृतसर साहब। मैं संगतां दा श्रोमणी गुरद्वारा प्रबंधक कमेटी वालों सिंह साहब ग्ञानी जगतार सिंह जी मुख ग्रंथी सचखंड श्री हरिमंदर साहब वालों हार्दिक तौर उत्ते धन्यवाद करदा हाँ जिन्हां ने इस पावन पवित्र दिहाड़े ते दर्शन इशनान करके सिंह साहिबजन जी का संदेश सुन के अपने जीवन नूं सफला किया है। सब का हार्दिक तौर पर धन्यवाद। बोलदिया कोई शब्द वध घट कह गया हुए उहदी खिमा जाचना सहित वाहिगुरु जी का खालसा वाहिगुरु जी की फतेह। अकाल चैनल नूं सबस्क्राइब करो नवी वीडियोस दी नोटिफिकेशन दे लई बैल आइकन नूं क्लिक करना ना भूलना।